ਮੈਡਮ ਹੁਣ ਤੱਕ ਕੇਸਾਂ ਦੀ ਕੀ ਸਥਿਤੀ ਹੈ ਜੀ, ਕਿਉਂਕਿ ਤੁਸੀਂ ਲਗਾਤਾਰ ਫੀਲਡ ਦੇ ਵਿੱਚ ਹੋ, ਤਾਂ ਕੀ ਲੱਗ ਰਿਹਾ ਹੈ ਰਿਸਪੌਂਸ ਕਿਸ ਤਰ੍ਹਾਂ ਦਾ ਆ ਰਿਹਾ ਤੁਹਾਡੇ ਤੋਂ, ਜਿਹੜਾ ਪੁਲਿਸ ਤੋਂ ਕਿੰਨਾ ਕੁ ਡਰ ਜਿਹੜੇ ਲੋਕ ਮੰਨ ਰਹੇ? ਦੇਖੋ ਜੀ, ਹੁਣ ਤੱਕ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ, ਸਾਨੂੰ ਜਿੰਨੇ ਵੀ ਕਲਸਟਰ ਟੀਮਾਂ ਜਦੋਂ ਸੈਟੇਲਾਈਟ ਇਮੇਜ ਦੇ ਵੈਰੀਫਿਕੇਸ਼ਨ ਹੁੰਦੀ ਹੈ ਫੀਲਡ ਲੈਵਲ ਤੇ, ਜਿਹੜੇ ਵੀ ਜਸਟੀਫਾਈਡ ਵਾਕਈ ਜਿੱਥੇ ਇੰਸੀਡੈਂਟਸ ਹੋਏ ਆ, ਉਹ 302 ਹੁਣ ਤੱਕ ਹੋਏ ਆ, ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰ ਹੀ FIRs ਲੌਂਚ ਕਰ ਰਹੇ ਹਾਂ, ਜਿਨ੍ਹਾਂ ਦੀ ਇਨਵਾਇਰਮੈਂਟਲ ਕੰਪਨਸੇਸ਼ਨ ਔਰ ਐਡੈਂਟਰੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ, ਔਰ ਇਸੇ ਤਰ੍ਹਾਂ ਹੀ ਅਸੀਂ ਆਪਣੀ ਸਾਡੀ ਟੀਮਾਂ ਵੀ ਫੀਲਡ 'ਚ ਜਾ ਰਹੀਆਂ। ਪਰ ਜਿਵੇਂ DC ਸਾਹਿਬ ਨੇ ਦੱਸਿਆ ਕਿ ਪਿਛਲੇ 2 ਸਾਲਾਂ ਦੇ ਅੰਕੜਿਆਂ 'ਚੋਂ ਆਈ ਥਿੰਕ 70% ਤੋਂ ਵੀ ਘੱਟ ਰਿਡਕਸ਼ਨ ਇਸ ਟਾਈਮ ਕੇਸਿਸ ਦੀ, ਬਟ ਸਟਿਲ ਕਿਉਂਕਿ 2-3 ਦਿਨਾਂ ਤੋਂ ਸਾਡੇ ਕੇਸਿਸ ਕਾਫੀ ਵੱਧ ਗਏ, ਮੈਨੂੰ ਔਰ DC ਨੂੰ CAQM ਵੱਲੋਂ ਸ਼ੋਕਾਜ ਨੋਟਿਸ ਵੀ ਆਇਆ ਰਿਗਾਰਡਿੰਗ ਦਿਸ। ਸੋ ਅਸੀਂ ਆਪਣੀ ਕੰਟੀਨਿਊਸ ਪ੍ਰੋਸੈਸ ਕਰ ਰਹੇ ਜੀ, ਤੁਹਾਡੇ ਸਾਹਮਣੇ ਹੀ 1-2 ਕਿਸਾਨ ਡਿਸਪਾਈਟ ਬੀਂਗ ਆਲ ਦਾ ਫੈਸਿਲਿਟੀਜ਼ ਅਵੇਲੇਬਲ, ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੌਲੇਜ ਹੈ, ਔਰ ਉਹ ਕਾਫੀ ਐਡਮੈਂਟ ਸੀਗਾ ਕਿ ਜੀ ਅਸੀਂ ਤਾਂ ਇਹੀ ਕਰਾਂਗੇ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜਾ ਬਿਲਕੁਲ ਹੀ ਕੋਆਪਰੇਟ ਨਹੀਂ ਕਰਦੇ, ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ, ਬਾਕੀ ਅਸੀਂ ਐਜ਼ ਪਰ ਲਾਅ ਚੱਲ ਰਹੇ ਹਾਂ ਜੀ। ਬਾਕੀ ਅਪੀਲ ਤਾਂ ਅਸੀਂ ਕਾਫੀ ਦੇਰ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ, ਔਰ ਹੁਣ ਤਾਂ ਜੋ ਇਸ ਟਾਈਮ ਪੋਲਿਊਸ਼ਨ ਦਾ ਹਾਲ ਹੈ ਨੋਟ ਜਸਟ ਇਨ ਬਠਿੰਡਾ, ਦਿੱਲੀ ਦਾ ਵੀ ਤੁਸੀਂ ਦੇਖ ਰਹੇ ਹੋ, ਸਾਡੀ ਫਿਊਚਰ ਜਨਰੇਸ਼ਨ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਬਰਨਿੰਗ ਹੁੰਦੀ ਹੈ ਸਾਰਾ ਕੁਛ। ਤਾਂ ਅਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਹੇ, ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕ ਹਟ ਜਾਣ। ਦੇਖੋ ਜੀ, ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ, ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਹੇ ਅਸੀਂ ਕਿੰਨੇ FIRs ਲੌਂਚ ਕਰ ਦਿੱਤੇ, ਔਰ ਇਹ ਭਾਵੇਂ A223 BNS ਦੇ ਅੰਡਰ ਹੈ, ਬਟ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡ 'ਚ ਐਂਟਰੀ ਖਰਾਬ ਹੋ ਰਹੀ ਹੈ, ਉਹ ਵੀ ਤਾਂ ਪੱਕਾ ਹੀ ਕੰਮ ਹੁੰਦਾ ਨਾ, ਇਹ ਅਫੈਂਸ ਭਾਵੇਂ ਅਵੇਲੇਬਲ ਹੋਏ ਬਟ ਇੱਕ ਵਾਰੀ ਤਾਂ FIR ਲੌਂਚ ਹੋ ਗਿਆ। ਇਹਦੇ ਬਾਰੇ ਹੁਣ ਮੈਂ ਕੀ ਕਵਾਂ, ਤੁਹਾਡੇ ਸਾਹਮਣੇ ਹੀ ਸਭ ਕੁਛ ਹੋਇਆ। ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਪ੍ਰਸ਼ਾਸਨ ਦੇ ਰਿਹਾ, ਹਾਂ, ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਵਾਂਗੀ, ਕਿਉਂਕਿ ਉਹ ਮਿਕਸਡ ਏ ਉਹਦੇ ਸੀਗਾ, ਉਹ ਓਵਰ ਕੌਨਫੀਡੈਂਟ ਵੀ ਨਹੀਂ ਸੀਗਾ, ਇਗਨੋਰੈਂਟ ਵੀ ਸੀਗਾ, ਬਟ ਦੇਖੋ ਉਹਦਾ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਜੀ ਵਿੱਚ ਖੜਾ ਸੀਗਾ, ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ, ਇਹ ਸਮਝ ਨਹੀਂ ਰਹੇ ਇਸ ਗੱਲ ਨੂੰ। ਫੀਲ ਕੀਤਾ ਬਾਅਦ 'ਚ ਤਾਂ ਕੀਤਾ, ਬਟ ਹੁਣ ਤਾਂ ਪਰਚਾ 'ਚ ਹੋਣਾ ਹੀ ਉਹਨਾਂ ਤੇ, ਹੁਣ ਤਾਂ ਫੀਲ ਕਰਨ ਦਾ ਕੋਈ ਫਾਇਦਾ ਨਹੀਂ। ਅੱਜ ਤੁਹਾਨੂੰ ਫਿਰ ਦੁਬਾਰਾ ਜ਼ਰੂਰਤ ਪਈ ਹੈ ਜੀ ਕੁਝ ਦਿਨਾਂ ਬਾਅਦ ਕਿ ਫੀਲਡ ਦੇ ਵਿੱਚ ਜਾਇਆ ਜਾਵੇ, ਤਾਂ ਤੁਹਾਡੇ ਸਾਹਮਣੇ ਦੇਖੋ ਜੀ ਕਿੰਨੇ ਜਗ੍ਹਾ ਦੇ ਉੱਤੇ ਜਿਹੜੀ ਹੈ ਅੱਗ ਵੀ ਲਗਾਈ ਗਈ ਹੈ, ਔਰ ਇਹ ਵੀ ਨਾਲ ਕਹਿ ਰਹੇ ਨੇ ਕਿ ਅਸੀਂ ਤਾਂ ਲਗਾਵਾਂਗੇ। ਦੇਖਿਆ, ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਰ ਦਿਨ ਜਾਂਦੇ ਹਾਂ, 1-2 ਦਿਨ ਕਿਉਂਕਿ CM ਸਾਹਿਬ ਦੀ ਵਿਜ਼ਿਟ ਆ ਗਈ ਵਿੱਚ, ਤੇ ਇੱਕ VC ਸੀਗੀ, ਇਸ ਕਰਕੇ 1-2 ਦਿਨ ਆਪਾਂ ਨਹੀਂ ਜਾ ਸਕੇ, ਪਰ ਆਲਮੋਸਟ ਹਰ ਦਿਨ ਜਿਹੜਾ ਹੈਗਾ ਆਪਾਂ ਡਿਫਰੈਂਟ ਵੱਖ ਵੱਖ ਪਿੰਡਾਂ ਵੱਖ ਵੱਖ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹਾਂ, ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਧਰਮੀ ਹੈ, ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ, ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ, ਤੇ ਇਹ ਬੇਸਿਕਲੀ ਇੱਕ ਇਹ ਮੰਨੀਏ, ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ, ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ, ਤੇ ਮੈਨੂੰ ਇਹ ਲੱਗਦਾ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹੀ ਲੱਗਦਾ ਕਿ ਮੈਂ ਇਹਨੂੰ ਜਿਹੜਾ ਹੈਗਾ ਅੱਗ ਲਾ ਲਵਾਂ ਤੇ ਉਹਦੇ ਨਾਲ ਹੀ ਮੇਰਾ ਸਰ ਜਾਊਗਾ, ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ। ਤੇ ਇੱਕ ਉਹ ਕਿ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤੇ ਕਹਿੰਦਾ ਕਿ ਜੀ ਮੈਂ ਤਾਂ ਜੱਟ ਹੈ ਤਾਂ ਆਪਸਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ, ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਹੈ, ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਹਾਂ ਇਹਦੇ ਵਿੱਚ ਬਿਲਕੁਲ ਸੁਨਿਸ਼ਚਿਤ ਆਪਾਂ ਕਰਾਂਗੇ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਵੀ ਹੋਊਗੀ, ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ, ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ, ਆਪਾਂ ਡੈਫੀਨੇਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ, ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ, ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਗ ਜਾਵੇ, ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ ਇਨਵਾਇਰਮੈਂਟਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ, ਜਮ੍ਹਾਂਬੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ, ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਕਿ ਇਸ ਤਰੀਕੇ ਦਾ ਥੋੜਾ ਜਿਹਾ ਵਹਿਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨੇ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ, ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨੇ, ਉਹ ਸਪੋਰਟ ਵੀ ਕਰ ਰਹੇ ਨੇ, ਸਾਡੇ ਕੋਲ ਆਉਂਦੇ ਵੀ ਹੈ, ਜੇ ਕਿਸੇ ਦਾ ਇਸ਼ੂ ਆਉਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ, ਤਾਂ ਸਾਡੇ ਅਫਸਰ ਸਾਹਿਬਾਨ ਜਿਹੜਾ ਹੈ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ, ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ, ਆਕਾ ਜੇ ਗਿਣਤੀ ਵੀ ਦੇਖੀਏ ਤਾਂ ਮੈਨੂੰ ਲੱਗਦਾ 20-25% ਹੀ ਇੰਸੀਡੈਂਟਸ ਹੈਗੇ ਹੈ ਪਿਛਲੇ ਸਾਲ ਦੇ ਮੁਕਾਬਲੇ, 75% ਕਮੀ ਵੀ ਹੋਈ ਹੈ ਇੰਸੀਡੈਂਟਸ ਦੇ ਵਿੱਚ, ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀਏ, ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸੁਥਰਾ ਮਾਹੌਲ ਤੇ ਇਤਨਾ ਸਾਫ਼
ਧੁੱਪ ਖਿਲੀ ਹੋਈ ਜਿਹੜਾ ਹੈਗਾ ਉਹ ਦੇਖ ਰਹੇ ਹੋ ਤੇ ਕਾਫੀ ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈਗੀ ਹੈ ਤੇ ਅਗਲੇ ਸਾਲ ਜਿਵੇਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ 2-3 ਨਵੇਂ ਜਿਹੜੇ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇਗਾ। ਜਿੰਨਾ ਵੀ ਸਾਰਾ ਜੁਰਮਾਨਾ ਸੀਗਾ ਤੇ ਇੱਕ ਦਿਨ ਦਾ ਪਹਿਲੇ ਤੱਕ ਦੀ ਫਿਗਰ ਜਿਹੜੀ ਸੀਗੀ ਉਹ ਲਗਭਗ 10.5 ਲੱਖ ਆਪਾਂ ਇੰਪੋਜ਼ ਕੀਤਾ ਸੀ, 6.6 ਲੱਖ ਜਿਹੜਾ ਹੈਗਾ ਉਹ ਰਿਕਵਰ ਕੀਤਾ ਸੀ। ਮੈਂ ਆਪਣੇ ਸਾਰੇ ਅਫਸਰ ਸਾਹਿਬਾਨ ਨੂੰ ਕਿਹਾ ਹੈਗਾ ਕਿ ਪਰਸੋਂ ਤੱਕ ਜਿੰਨੀ ਵੀ ਬਾਕੀ ਰਿਕਵਰੀ ਹੈਗੀ ਹੈ ਉਹ ਸਾਰੀ ਪੂਰੀ ਕਰਨਗੇ ਤੇ ਨਾਲ ਹੀ ਜਿੰਨੇ ਵੀ ਇੰਟਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਪੂਰਾ ਕਰਨਗੇ। 302 ਜਿਹੜੇ ਵੈਰੀਫਾਈਡ ਕੇਸਿਸ ਨੇ ਆਪਣੇ, ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾਂ ਇਨਵਾਇਰਮੈਂਟਲ ਕੰਪਨਸੇਸ਼ਨ ਦਾ ਚਾਲਾਨ ਬਣਦਾ ਹੈ।